ਕੈਪੀਲਰੀ ਐਕਸ਼ਨ ਜਾਂ ਐਸਟ੍ਰੋਨੋਮਰ ਦਾ ਕੱਪ ਇੱਕ ਸਧਾਰਨ ਯੰਤਰ ਹੈ ਜਿਸ ਨੂੰ ਤੁਸੀਂ ਦੋ ਸਲਾਈਡਾਂ, ਰੰਗੀਨ ਪਾਣੀ, ਇੱਕ ਪੇਪਰ ਕਲਿੱਪ ਅਤੇ ਰਬੜ ਬੈਂਡ ਦੀ ਸਹਾਇਤਾ ਨਾਲ ਬਣਾ ਸਕਦੇ ਹੋ। ਇੱਕ ਸਲਾਈਡ ਨੂੰ ਦੂਸਰੀ ਸਲਾਈਡ ਦੇ ਉੱਪਰ ਰੱਖੋ। ਸਲਾਈਡਾਂ ਨੂੰ ਰੱਖਣ ਤੋਂ ਬਾਅਦ ਇੱਕ ਵੱਡੇ ਕਿਨਾਰੇ 'ਤੇ ਰਬੜ ਬੈਂਡ ਲਗਾਓ, ਦੂਸਰੇ ਸਿਰੇ 'ਤੇ ਪੇਪਰ ਕਲਿੱਪ ਰੱਖੋ। ਕਲਿੱਪ ਦੋਨਾਂ ਸਿਰਿਆਂ ਦੇ ਵਿੱਚ ਪੁੱਲ ਦਾ ਕੰਮ ਕਰੇਗਾ। ਸਲਾਈਡਾਂ ਨੂੰ ਰੰਗੀਨ ਪਾਣੀ ਵਿੱਚ ਖੜ੍ਹਾ ਕਰ ਦਿਓ। ਪਾਣੀ ਇੱਕਦਮ ਉੱਪਰ ਵੱਲ ਆਵੇਗਾ ਅਤੇ ਦੋਨੋਂ ਸਲਾਈਡਾਂ ਦੇ ਵਿਚਕਾਰ ਇੱਕ ਪੈਰਾਬੋਲਿਕ ਕਰਵ ਦਾ ਨਿਰਮਾਣ ਕਰੇਗਾ। ਸਲਾਈਡਾਂ ਦੇ ਵਿਚਕਾਰ ਪਾਣੀ ਸਿਰਿਆਂ ਤੱਕ ਆ ਜਾਵੇਗਾ, ਜਦੋਂ ਕਿ ਬਾਕੀ ਬਰਤਨ ਵਿੱਚ ਪਾਣੀ ਦਾ ਸਤਰ ਓਨਾ ਹੀ ਰਹੇਗਾ। ਇੱਥੇ ਕੈਪੀਲਰੀ ਪ੍ਰਭਾਵ ਕਾਰਨ ਪਾਣੀ ਉੱਪਰ ਨੂੰ ਜਾਂਦਾ ਹੈ, ਜਦੋਂ ਕਿ ਗੁਰਤਵਾਕਰਸ਼ਣ ਇਸ ਨੂੰ ਹੇਠਾਂ ਵੱਲ ਖਿੱਚਦਾ ਹੈ। ਇਸ ਪ੍ਰਕਾਰ ਖਲਾਅ ਵਿੱਚ ਗੁਰਤਵਾਕਰਸ਼ਣ ਬਲ ਨਹੀਂ ਹੁੰਦਾ ਅਤੇ ਪਾਣੀ ਉੱਪਰ ਤੱਕ ਆ ਜਾਂਦਾ ਹੈ ਬਿਨਾਂ ਕਿਸੇ ਰੁਕਾਵਟ ਦੇ। ਇਸ ਦਾ ਪ੍ਰਯੋਗ ਆਕਾਸ਼ੀ ਯਾਤਰੀ ਖਲਾਅ ਵਿੱਚ ਕਰਦੇ ਹਨ।